ਪੰਜਾਬੀ ਸੱਭਿਆਚਾਰ ਦੀ ਰੂਹ ਮੇਲਿਆਂ ਤੇ ਤਿਉਹਾਰਾਂ ਚ ਵਸਦੀ ਹੈ ਤੇ ਵਿਦੇਸ਼ੀ ਧਰਤੀ ਤੇ ਵਸਦੇ ਪੰਜਾਬੀ ਇਹਨਾਂ ਮੇਲਿਆਂ ਤੇ ਤਿਉਹਾਰਾਂ ਨੂੰ ਬੜੇ ਜੋਸ਼ ਨਾਲ ਮਨਾਉਂਦੇ ਨੇ। ਪਿਛਲੇ ਦਿਨੀ ਪੈਲੇਸ ਆਫ ਏਸ਼ੀਆ ਨਿਊ ਜਰਸੀ ਵਿਖੇ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮੈਂ US ਦੇ ਵਿੱਚ 30 ਸਾਲ ਹੋ ਗਏ ਨੇ। ਤੁਹਾਡੇ ਬੱਚੇ ਇੱਥੇ ਪਲੇ ਬੜੇ ਹੈਗੇ? ਹਾਂਜੀ, ਇੱਥੋਂ ਦਾ ਬੋਰਨ ਹੈ। ਅੱਛਾ, ਕਿੰਨੇ ਬੱਚੇ ਤੇ ਕਦੋਂ ਉਹਨਾਂ ਦਾ ਬਰਥ ਹੋਇਆ, ਮਤਲਬ ਉਹਨਾਂ ਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ। ਮੇਰੇ 4 ਬੱਚੇ ਨੇ ਤੇ ਵੱਡਾ ਬੇਟਾ ਜਿਹੜਾ ਉਹ 23 ਸਾਲ ਦਾ ਆ, 22 ਪਲੱਸ ਆ, ਤੇ ਛੋਟੀ ਜਿਹੜੀ ਬੇਟੀ ਆ ਉਹ 22 ਆ, ਅਤੇ ਫਿਰ 11 ਐਂਡ 9। ਫਸਟ ਥਿੰਗ ਇਹ ਹੈ ਕਿ ਹਾਂ ਵੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨ ਵਾਸਤੇ, ਜਦੋਂ ਉਹ ਵੱਡੇ ਬੇਟੇ ਜਦੋਂ 4th ਦੇ ਵਿੱਚ ਸੀਗਾ ਅਤੇ ਬੇਟੀ 3rd ਦੇ ਵਿੱਚ ਸੀਗੀ, ਮੈਂ ਉਹਨਾਂ ਨੂੰ ਇੰਡੀਆ ਲੈ ਗਿਆ ਸੀਗਾ ਅਤੇ 10th ਗ੍ਰੇਡ ਤੱਕ ਉੱਥੇ ਪੜ੍ਹਿਆ। ਉਸ ਤੋਂ ਬਾਅਦ ਮੈਂ ਇੱਥੇ ਲਾਇਆ ਅਤੇ ਹੁਣ ਵੀ ਅਸੀਂ ਮਤਲਬ ਵੀ ਮੇਰੇ ਆਲਮੋਸਟ 12-13 ਫੈਮਲੀਆਂ ਨੇ ਜਿਨ੍ਹਾਂ ਜਿਹੜੀ ਮੇਰੇ ਕਲੋਜ਼ ਨੇ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਾਂ ਵੀ ਇਕੱਠੇ ਹੁੰਦੇ ਰਹੀਏ, ਉਹਨਾਂ ਨੂੰ ਗੈਟ ਟੂਗੈਦਰ ਹੋਈਏ, ਅਤੇ ਐਵਰੀ ਮੰਥ ਅਸੀਂ ਇਕੱਠੇ ਹੁੰਦੇ ਹਾਂ। ਅਤੇ ਪਰ ਲੇਡੀਜ਼ ਦਾ ਵੀ ਅਸੀਂ ਰੱਖਿਆ ਕਿ ਹਾਂ ਵੀ ਲੇਡੀਜ਼ ਬੱਚਿਆਂ ਦਾ ਵਿਸਾਖੀ 'ਤੇ, ਦਿਵਾਲੀ 'ਤੇ ਅਤੇ ਨਵੇਂ ਸਾਲ 'ਤੇ ਉਹਨਾਂ ਨੂੰ ਮਤਲਬ ਕਿ ਵੀ ਇਕੱਠੇ ਕਰੀਦਾ ਅਤੇ ਸੈਲੀਬ੍ਰੇਟ ਕਰੀਦਾ। ਜੀ, ਸਾਡੇ 2 ਬੱਚੇ ਆ, ਬੇਟਾ ਮੋਲਕ ਸਿੰਘ ਕਾਲੋਂ, ਬੇਟੀ ਨਵਰੂਪ ਕਾਲੋਂ, ਅਤੇ ਬੇਟੇ ਨੇ ਗ੍ਰੈਜੂਏਸ਼ਨ ਕੀਤੀ ਆ ਯੂਨੀਵਰਸਿਟੀ ਵਰਜੀਨੀਆ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ, ਬੇਟੀ ਕਾਲਜ ਆ ਰਹੀ ਆ। ਉਹਨਾਂ ਨੂੰ ਦੋਨੋਂ ਇੱਕ ਦਿਨ ਵੀਕਡੇ 'ਚ ਗੁਰਦੁਆਰੇ ਲੈ ਕੇ ਜਾਂਦੇ ਸੀ, ਇੱਕ ਦਿਨ ਸੰਡੇ। ਸੋ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਸੀ ਕਮਿਊਨਿਟੀ 'ਚ, ਕੋਈ ਵਿਆਹ, ਵੈਸੇ ਵੀ ਕੋਈ ਕਮਿਊਨਿਟੀ ਦਾ, ਹਮੇਸ਼ਾ ਉਹਨਾਂ ਨੂੰ ਲੈ ਕੇ ਜਾਂਦੇ ਸੀ ਹਰ ਜਗ੍ਹਾ। ਸੋ ਉਹਨਾਂ ਨੂੰ ਇਹ ਵੀ ਦੱਸਦੇ ਸੀ ਕਿਹੜੇ ਕੱਪੜੇ ਕਦੋਂ ਪਾਉਣੇ ਨੇ, ਕਿਹੜਾ ਕਲਰ, ਕਿਹੜਾ ਕਿਹੜੀ ਹੋਲੀਡੇ 'ਤੇ ਕਿਹੜਾ ਕਲਰ ਪਾਉਣਾ ਹੈ। ਸੋ ਉਹਨਾਂ ਨੂੰ ਹਮੇਸ਼ਾ ਜੋੜ ਕੇ ਰੱਖਿਆ ਸੀ ਕਲਚਰ ਦੇ ਨਾਲ ਅਤੇ ਰਿਲੀਜਨ ਦੇ ਨਾਲ ਵੀ। ਸੋ ਉਹਨਾਂ ਨੂੰ ਉਹ ਵੀ ਆਪਣੇ ਬੱਚਿਆਂ ਨੂੰ ਦੱਸ ਸਕਣ ਕਿ ਸਿੱਖਇਜ਼ਮ 'ਚ ਕਿੱਦਾਂ ਰਹਿਣਾ ਹੈ। ਜਿਹੜਾ ਸਾਡਾ ਉਪਰਾਲਾ ਇਹੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਹਾਂ ਵੀ ਇੱਥੇ ਬੋਰਨ ਇੱਥੇ ਨੇ, ਗਰੋ ਇੱਥੇ ਹੋਏ ਨੇ, ਇੱਥੋਂ ਦਾ ਪਤਾ ਇਹਨਾਂ ਨੂੰ ਕਿ ਹਾਂ ਵੀ ਥੈਂਕਸ ਗਿਵਿੰਗ ਆ, ਹੋਲੋਵੀਨ ਆ, ਕ੍ਰਿਸਮਸ ਆ, ਉਹਨਾਂ ਨੂੰ ਇੱਥੋਂ ਤਾਂ ਪਤਾ ਹੀ ਆ ਅਤੇ ਨੈਚੁਰਲ ਤੌਰ 'ਤੇ ਪਤਾ ਵੀ ਹੋਣਾ ਚਾਹੀਦਾ ਕਿਉਂਕਿ ਜਿੱਥੇ ਗਰੋ ਹੋਏ ਨੇ ਜਿਹੜੇ ਉੱਥੋਂ ਕਲਚਰ ਦਾ ਪਤਾ ਹੋਣਾ ਚਾਹੀਦਾ। ਪਰ ਜਿੱਥੋਂ ਅਸੀਂ ਉੱਠ ਕੇ ਆਏ ਹਾਂ, ਜੋ ਸਾਡਾ ਪਿਛੋਕੜ ਆ, ਸਾਨੂੰ ਉੱਥੇ ਜੋੜਨ ਵਾਸਤੇ ਸਾਡਾ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਇਹਨਾਂ ਬੱਚਿਆਂ ਨੂੰ ਦੱਸੀਏ ਕਿ ਹਾਂ ਵੀ ਸਾਡੀ ਵਿਸਾਖੀ ਵੀ ਹੈਗੀ ਆ, ਸਾਡੀ ਦਿਵਾਲੀ ਵੀ ਹੈਗੀ ਆ, ਅਤੇ ਇਹਨਾਂ ਨੂੰ ਬੱਚਿਆਂ ਨੂੰ ਪਤਾ ਹੋਵੇ ਕਿ ਵਿਸਾਖੀ ਕੀ ਆ। ਅਤੇ ਅਸੀਂ ਦੱਸਣਾ ਜੇ ਸਾਡੇ ਮਾਂ ਪਿਓ ਨੇ ਸਾਨੂੰ ਦੱਸਿਆ ਸੀਗਾ ਵੀ ਅਸੀਂ ਕੌਣ ਆ ਜਾਂ ਕਿੱਦਾਂ ਆ ਸਾਡੇ ਕਲਚਰ ਬਾਰੇ, ਜਿਹੜੇ ਘਰ ਦੇ ਵਿੱਚ ਅਸੀਂ ਜੰਮੇ ਸੀਗੇ ਜਾਂ ਜਿਹੜੇ ਕਲਚਰ 'ਚ ਅਸੀਂ ਜੰਮੇ ਸੀਗੇ। ਅਤੇ ਹੁਣ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਦੱਸੀਏ ਕਿ ਹਾਂ ਵੀ ਜੋ ਸਾਡੀ ਜ਼ਿੰਮੇਵਾਰੀ ਹੈਗੀ ਅਸੀਂ ਨਿਭਾਈਏ। ਸਿਰਫ ਇਹਨਾਂ ਨੂੰ ਇਕੱਠੇ ਚੰਗੀਆਂ ਗੱਡੀਆਂ ਲੈ ਦਈਏ, ਚੰਗੇ ਘਰ ਲੈ ਦਈਏ ਅਤੇ ਪੈਸਾ ਇਕੱਠਾ ਕਰ ਦਈਏ, ਉੱਥੋਂ ਤੱਕ ਸਾਡੀ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ। ਇਹਨਾਂ ਬੱਚਿਆਂ ਨੂੰ ਆਪਣੇ ਪਿਛੋਕੜ ਨਾਲ, ਆਪਣੇ ਰੀਤੀ ਰਿਵਾਜ਼ਾਂ ਨਾਲ, ਆਪਣੇ ਤਿਉਹਾਰਾਂ ਨਾਲ ਜੋੜ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਆ। ਜਿਹੜੇ ਇਹ ਪ੍ਰੋਗਰਾਮ ਹੈ, ਜਿੱਦਾਂ ਭਾਅ ਜੀ ਕਮਲਜੀਤ ਸਿੰਘ ਔਜਲਾ, ਹਰਬੀਰ ਰਿਆੜ, ਇਹ ਐਵਰੀ ਮੰਥ ਜਿਹੜਾ ਵਾ ਆਪਣੀ ਗੈਟ ਟੂਗੈਦਰ ਕਰਦੇ ਆ, ਪਰ ਇਹਨਾਂ ਦੇ ਨਾਲ ਜਿਹੜਾ ਬਹੁਤ ਸੋਹਣਾ ਪ੍ਰੋਗਰਾਮ ਇਹਨਾਂ ਰੱਖਿਆ, ਕਿਉਂਕਿ ਬੱਚਿਆਂ ਨੂੰ ਔਰ ਆਪਣੀਆਂ ਵਾਈਫਸ ਨੂੰ, ਫੀਮੇਲ ਫੋਕਸ ਨੂੰ ਨਾਲ ਲੈ ਕੇ, ਅਤੇ ਜਿਹੜੇ 2-3 ਮੇਨ ਤਿਉਹਾਰ ਨੇ ਜਿਨ੍ਹਾਂ ਦੇ ਵਿੱਚ ਸਾਡਾ ਸੱਭਿਆਚਾਰਕ ਤਿਉਹਾਰ ਹੈ ਵਿਸਾਖੀ, ਸਭ ਤੋਂ ਜਿਹੜਾ ਮੇਨ ਤਿਉਹਾਰ ਪੰਜਾਬ ਦਾ ਵਿਸਾਖੀ ਹੈਗਾ, ਭਾਵੇਂ ਉਹਨੂੰ ਧਾਰਮਿਕ ਪੱਖ ਤੋਂ ਲੈ ਲਈਏ ਜਾਂ ਸੱਭਿਆਚਾਰਕ ਪੱਖ ਤੋਂ ਲੈ ਲਈਏ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸੱਭਿਆਚਾਰਕ ਪੱਖ ਵਾਲਾ ਹੈ। ਸੋ ਜਿਹੜਾ ਸਾਡਾ ਹਾਰਵੈਸਟ ਸੀਜ਼ਨ ਹੁੰਦਾ ਹੈ ਉਹਨੂੰ ਆਪਾਂ ਜਦੋਂ ਮਨਾਉਂਦੇ ਹਾਂ, ਜਿੱਦਾਂ ਧਨੀ ਰਾਮ ਚਾਤਰਜੀ ਦੀਆਂ ਕਵਿਤਾ ਹੈਗੀ ਹੈ, ਤੂੜੀ ਤੰਦ ਸਾਂ ਬਹਾੜੀ ਵੇਚ ਵੱਟ ਕੇ, ਹੈ ਨਾ, ਲੰਬੜਾਂ ਅਤੇ ਸਾਹਾਂ ਦਾ ਹਿਸਾਬ ਕੱਟ ਕੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਸੋ ਇਹ ਇੱਕ ਮੇਲਾ ਜਿਹੜਾ ਸਾਡੇ ਪਿੰਡਾਂ ਦੇ ਵਿੱਚ, ਹਰ ਪਿੰਡ 'ਚ ਆਲਮੋਸਟ ਮੇਲਾ ਲੱਗਦਾ ਹੈ ਵਿਸਾਖੀ ਦਾ, ਕੋਈ ਅੱਗੇ ਕੋਈ ਪਿੱਛੇ, ਅਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਸੀਂ ਉਹ ਮੇਲੇ ਵੇਖਦੇ ਸੀ। ਅੱਜ ਇਹ ਬੱਚਿਆਂ ਵਾਸਤੇ ਇਹ ਮੇਲਾ ਹੈਗਾ, ਜਿਸ ਤੁਸੀਂ ਦੇਖਿਆ ਹੋਣਾ ਹੈ, ਕਮਲ ਭਾਅ ਜੀ ਦਾ ਬੇਟਾ ਅੰਗਦ, ਉਹਨੇ ਪੰਜਾਬੀ ਕੁੜਤਾ ਪਜਾਮਾ ਨਾਲ ਲੋਈ। ਸੋ ਇਹ ਜਿਹੜੀਆਂ ਚੀਜ਼ਾਂ, ਜਿੱਦਾਂ ਕਰਮਜੀਤ ਕੌਰ ਨੇ ਦੱਸਿਆ, ਮੇਰੀ ਵਾਈਫ ਨੇ, ਵੀ ਕਲਚਰ ਦੇ ਨਾਲ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ, ਕਿਉਂਕਿ ਸੱਭਿਆਚਾਰ ਜਿਹੜਾ ਉਹ ਧਰਮ ਤੋਂ ਵੀ ਪੁਰਾਣਾ ਹੈ। ਜੇ ਤੁਹਾਡੀ ਨੀਂਹ ਹੋਏਗੀ ਸੱਭਿਆਚਾਰ ਨਾਲ, ਬੱਚੇ ਜੁੜਨਗੇ ਫਿਰ ਧਰਮ ਨਾਲ ਵੀ ਜੁੜਨਗੇ, ਧਰਮ ਨਾਲ ਵੀ ਜੁੜਨਗੇ ਤਾਂ ਫਿਰ ਉਹ ਜਿਹੜੀਆਂ ਸਾਡੀਆਂ ਉੱਥੋਂ ਦੀਆਂ ਪਿੱਛੇ ਧਰਤੀ ਮਿਆਂ ਨਾਲ ਜੁੜਨਗੇ। ਜੇ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਉਹਦੇ ਬਾਰੇ ਉਹ ਧਿਆਨ ਰੱਖਣਗੇ, ਜੋ ਸਾਡਾ
ਧਾਰਮਿਕ ਪੱਖ 'ਤੇ ਕੀ ਚੱਲ ਰਿਹਾ, ਸਾਡਾ ਇਕਨੋਮੀਕਲ ਪੱਖ 'ਤੇ, ਸੋਸ਼ਲ ਪੱਖ 'ਤੇ ਕੀ ਚੱਲ ਰਿਹਾ ਹੈ। ਤੋ ਜਿਸ ਤਰ੍ਹਾਂ ਇਹਨਾਂ ਦੱਸਿਆ ਕਿ ਆਪਾਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਸੀ ਹਰ ਥਰਸਡੇ ਨੂੰ, ਹਰ ਸੰਡੇ ਨੂੰ, ਔਰ ਸਾਡੇ ਪਿਤਾ ਜੀ ਸਾਡੇ ਨਾਲ ਰਹਿੰਦੇ ਸੀਗੇ। ਅਤੇ ਜਦੋਂ ਵੀ ਅਸੀਂ ਘਰੋਂ ਨਿਕਲਣਾ ਹੈ ਕਾਰ ਦੇ ਵਿੱਚ, ਬੱਚਿਆਂ ਨੇ ਜਿਹੜਾ ਹੈਗਾ ਪੰਜ ਬਾਣੀਆਂ ਦਾ ਜਾਂ ਨਿਤਨੇਮ ਦਾ ਜਾਂ ਉਹਨਾਂ ਨੇ ਜਿਹੜਾ ਮੂਲ ਮੰਤਰ ਦਾ ਜਾਪ ਪੰਜ ਵਾਰੀ ਜ਼ਰੂਰ ਕਰਨਾ। ਸੋ ਸਾਡੇ ਬੱਚੇ ਅੱਜ ਵੀ, ਮੇਰਾ ਬੇਟਾ ਵੀ ਅਮੋਲਕ ਸਿੰਘ ਕਾਲੋਂ, ਬੇਟੀ ਨਵਰੂਪ, ਅੱਜ ਵੀ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਤਾਂ ਜ਼ਰੂਰ ਉਹ ਜਿਹੜਾ ਮੂਲ ਮੰਤਰ ਦਾ ਜਾਪ ਪੰਜ ਵਾਰ ਕਰਦੇ ਹਾਂ। ਅੱਜ ਇਹ ਮੈਨੂੰ, ਅੱਜ ਬੱਚੇ ਸਾਡੇ ਨਾਲ ਸੀ ਸੀਗੇ, ਅਸੀਂ ਆਏ ਇੱਧਰ ਨੂੰ ਤਾਂ ਇਹਨਾਂ ਨੇ ਬੜੀ ਮੈਨੂੰ ਚੰਗੀ ਗੱਲ ਲੱਗੀ। ਅੱਜ ਸਵੇਰ ਦੀ ਗੱਲ ਹੀ ਹੈ, ਜਦੋਂ ਅਸੀਂ ਵਜੀਨੀਆਂ ਤੁਰੇ ਤਾਂ ਮੈਨੂੰ ਕਰਮਜੀਤ ਕੌਰ ਨੇ ਕਿਹਾ ਕਿ ਅੱਜ ਬੱਚੇ ਨਾਲ ਨਹੀਂ ਹੈਗੇ, ਅੱਜ ਮੂਲ ਮੰਤਰ ਦਾ ਜਾਪ ਤੁਸੀਂ ਕਰੋ। ਸੋ ਜਿਹੜੀਆਂ ਮਾਵਾਂ ਨੇ, ਜਿਹੜੀ ਸਾਡੇ ਫੀਮੇਲ ਫੋਕਸ ਨੇ, ਇਹ ਬਹੁਤ ਜਿਹੜਾ ਪਹਿਲਾ ਸਕੂਲ ਹੈ, ਭਾਵੇਂ ਪੰਜਾਬੀ ਦਾ ਕਹਿ ਲਈਏ, ਸੱਭਿਆਚਾਰ ਦਾ ਕਹਿ ਲਈਏ ਜਾਂ ਧਰਮ ਦਾ ਕਹਿ ਲਈਏ। ਨੱਚਣ ਵਾਲੀ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂਨ ਬੋਲੀ ਮੈਂ ਪਾਵਾਂ, ਨੱਚ ਲੱਗੇ ਵਿੱਚ ਤੂੰ, ਬੋਲੀ ਮੈਂ ਪਾਵਾਂ, ਨੱਚ ਲੱਗੇ ਵਿੱਚ ਤੂੰ। ਵੀਰ ਮੇਰੇ ਨੇ ਕੁੜਤੀ ਦਿੱਤੀ, ਬਾਬੋ ਨੇ ਫੁਲਕਾਰੀ, ਵੀਰ ਮੇਰੇ ਨੇ ਕੁੜਤੀ ਦਿੱਤੀ, ਬਾਬੋ ਨੇ ਫੁਲਕਾਰੀ, ਨੀ ਜੁਗ ਜੀ ਬਾਬੋ ਲੜੇ ਵੀ ਤੋਂ ਪਿਆਰੀ, ਨੀ ਜੁਗ ਜੀ ਬਾਬੋ ਲੜੇ ਵੀ ਤੋਂ ਪਿਆਰੀ। ਚਲੋ ਲੇਡੀਜ਼ ਦਾ ਵੀ ਵੇਖੋ, ਉਹ ਵੀ ਸਾਰਾ ਸਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਨੇ, ਸਾਡੇ ਨਾਲ ਡਬਲ ਕੰਮ ਕਰਦੀਆਂ ਨੇ। ਅਸੀਂ ਤਾਂ ਕੰਮ ਕਰਕੇ ਅਤੇ ਘਰ ਆ ਕੇ ਬੈਠ ਜਾਂਦੇ ਹਾਂ, ਉਸ ਤੋਂ ਬਾਅਦ ਬੱਚਿਆਂ ਨੂੰ ਸੰਭਾਲਦੀਆਂ ਨੇ, ਘਰ ਦਾ ਜ਼ਿੰਮੇਵਾਰੀਆਂ ਸੰਭਾਲਦੀਆਂ ਨੇ, ਸਾਰੀਆਂ ਰਿਸ਼ਤੇਦਾਰੀਆਂ ਨੂੰ ਸੰਭਾਲਦੀਆਂ ਨੇ। ਅਤੇ ਮਤਲਬ ਕਿ ਅਸੀਂ ਉਹਨਾਂ ਨੂੰ ਵੀ, ਮਤਲਬ ਕਿ ਉਹਨਾਂ ਦੀ ਵੀ ਫੀਲਿੰਗਸ ਨੂੰ ਸਮਝਦੇ ਹੋਏ ਕਿ ਹਾਂ ਵੀ ਉਹਨਾਂ ਨੂੰ ਵੀ ਚਾਹੀਦਾ ਕਿ ਹਾਂ ਵੀ ਉਹ ਵੀ ਥੋੜ੍ਹਾ ਜਿਹਾ ਬਹੁਤਾ ਫਨ ਹੋਵੇ ਉਹਨਾਂ ਦਾ, ਅਤੇ ਗੈਟ ਟੂਗੈਦਰ ਹੋਣ, ਸਾਰਾ ਆਪਣਾ ਭੈਣ ਭਰਾ ਇਕੱਠੇ ਹੋਣ ਸਾਰੇ। ਅਤੇ ਆਪਣੇ ਵੱਲ ਤਾਂ ਕੋਸ਼ਿਸ਼ ਕਰਦੇ ਹਾਂ ਕਿ ਮਤਲਬ ਵੀ ਵਧੀਆ ਹੋਵੇ, ਅਤੇ ਕੋਸ਼ਿਸ਼ ਸਾਡੀ ਜਿਹੜੀ ਨਾ ਉਹ ਅਸ ਜੇ ਕੋਸ਼ਿਸ਼ ਕਰੀ ਜਾਵਾਂਗੇ ਤਾਂ ਡੈਫੀਨੇਟਲੀ ਉਹਦੇ ਰਿਜ਼ਲਟ ਵੀ ਨਿਕਲਣਗੇ। ਮਤਲਬ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ, ਅਸੀਂ ਤਿੰਨ ਪੀੜ੍ਹੀਆਂ ਬਾਅਦ ਨਹੀਂ ਸੋਚ ਸਕਦੇ ਕਿ ਅਸੀਂ ਕੀ ਹੋਏਗਾ, ਪਰ ਐਟਲੀਸਟ ਜੋ ਸਾਡੀ ਜ਼ਿੰਮੇਵਾਰੀ ਅਸੀਂ ਉਹ ਤਾਂ ਕਰੀਏ ਨਾ। ਦੇਖੋ ਜਦੋਂ ਅਸੀਂ ਆਏ ਹਾਂ ਨਾ, ਉਹ ਸਭ ਹੈਗਾ ਮਰਦ ਪ੍ਰਧਾਨ ਸਮਾਜ ਨੂੰ ਆਪਾਂ ਕਹਿੰਦੇ ਹਾਂ, ਮੇਲ ਡੋਮੀਨੇਟਡ ਸੁਸਾਇਟੀ। ਸੋ ਉੱਥੇ ਕੀ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮੇਲ ਪਰਸਨ ਹੈ ਫੈਮਿਲੀ ਦਾ ਜਾਂ ਹੈੱਡ ਹੈ ਜੋ ਵੀ ਹੈ, ਉਹ ਬਾਹਰ ਕਮਾਈ ਕਰਨ ਜਾਂਦਾ, ਭਾਵੇਂ ਉਹ ਖੇਤੀਬਾੜੀ ਕਰੇ, ਜੋਬ ਕਰੇ, ਕਾਰੋਬਾਰ ਕਰੇ। ਅਤੇ ਆਮ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਫੀਮੇਲ ਫੋਕਸ ਨੇ, ਉਹ ਘਰ ਬੱਚਿਆਂ ਨੂੰ ਸਾਂਭਦੀਆਂ ਨੇ, ਘਰ ਨੂੰ ਸਾਂਭਦੀਆਂ ਨੇ, ਆਏ ਗਏ ਭੈਣ ਭਰਾ ਰਿਸ਼ਤੇਦਾਰ ਉਹਨਾਂ ਦੀ ਆਓ ਭਗਤ, ਹੈ ਨਾ। ਪਰ ਜਦੋਂ ਅਸੀਂ ਇੱਥੇ ਆਉਂਦੇ ਹਾਂ, ਅਸੀਂ ਦੇਖਿਆ ਸਮਾਜ 'ਚ ਆਣ ਕੇ, ਅਮੈਰੀਕਾ, ਕੈਨੇਡਾ, ਬਾਹਰਲੇ ਮੁਲਕਾਂ 'ਚ, ਕਿ ਜਿਹੜੀਆਂ ਇੱਥੋਂ ਦੀਆਂ ਫੀਮੇਲ ਫੋਕਸ ਨੇ ਉਹ ਬੰਦੇ ਦੇ ਮੋਢੇ ਨਾਲ ਮੋਢਾ ਜੋੜ ਕੇ ਬਾਹਰ ਕਮਾਈ ਵੀ ਕਰਦੀਆਂ ਨੇ। ਸੋ ਅਸੀਂ ਕੀ ਸੋਚਿਆ, ਅਸੀਂ ਉਹ ਚੀਜ਼ ਤਾਂ ਦੇਖ ਲਈ ਕਿ ਲੇਡੀਜ਼ ਵਰਕ ਕਰਦੀਆਂ ਨੇ ਬਾਹਰ, ਪਰ ਅਸੀਂ ਇਹ ਚੀਜ਼ ਨਹੀਂ ਦੇਖੀ ਕਿ ਇਹ ਜਿਹੜੀਆਂ ਲੇਡੀਜ਼ ਬਾਹਰ ਕੰਮ ਕਰਦੀਆਂ ਨੇ, ਉਹਨਾਂ ਦੇ ਘਰ ਵਾਲੇ ਘਰ ਦੇ ਵਿੱਚ ਉਨਾ ਹੀ ਉਹਨਾਂ ਦਾ ਸਾਥ ਦਿੰਦੇ ਨੇ, ਜਾਂ ਇਸ ਦਾ ਸਟਰਕਚਰ ਡਿਫਰੈਂਟ ਹੈਗਾ। ਦੇ ਗੋ ਐਂਡ ਈਟ ਆਊਟ ਆਲ ਦਾ ਟਾਈਮ, ਰਾਈਟ, ਦੇ ਗੋ ਔਨ ਵਕੇਸ਼ਨ, ਵੀਕਐਂਡ ਮਨਾਉਂਦੇ ਨੇ। ਸੋ ਜਿਹੜਾ ਸਾਡਾ, ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕਰ ਰਹੇ ਸੀ ਕਿ ਜਦੋਂ ਸਾਡੀਆਂ ਫੀਮੇਲ ਫੋਕਸ ਜੋਬ ਕਰਦੀਆਂ ਨੇ ਜਾਂ ਕੋਈ ਕਾਰੋਬਾਰ ਵਾਸਤੇ ਘਰ ਤੋਂ ਬਾਹਰ ਜਾਂਦੀਆਂ ਨੇ, ਭਾਵੇਂ ਫੈਮਿਲੀ ਬਿਜ਼ਨਸ ਹੀ ਹੋਵੇ, ਉਹਨਾਂ ਦਾ ਉਦੋਂ ਹੀ ਓਵਰ ਟਾਈਮ ਸ਼ੁਰੂ ਹੋ ਜਾਂਦਾ ਜਦੋਂ ਤੁਸੀਂ ਕਹੇ ਸੈਕਿੰਡ ਸ਼ਿਫਟ। ਆਈ ਲਵ ਦੈਟ ਵਰਡ, ਸੈਕਿੰਡ ਸ਼ਿਫਟ, ਸਮਥਿੰਗ ਨਿਊ ਟੂ ਲਰਨ, ਰਾਈਟ। ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ ਹੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ, ਸੋ ਵੀ ਲਰਨ ਆਲ ਡੇ ਐਵਰੀਥਿੰਗ। ਤੁਹਾਡੀ ਗੱਲ ਮੈਨੂੰ ਬੜੀ ਚੰਗੀ ਲੱਗੀ, ਆਲ ਕੀਪ ਇਟ ਵਿਦ ਮੀ, ਕਿ ਜਦੋਂ ਫੀਮੇਲ ਫੋਕਸ ਘਰ ਤੋਂ ਬਾਹਰ ਜਾਂਦੀਆਂ ਨੇ ਕੰਮ ਵਾਸਤੇ, ਤਾਂ ਉਹਨਾਂ ਦੀ ਸੈਕਿੰਡ ਸ਼ਿਫਟ ਸ਼ੁਰੂ ਹੋ ਜਾਂਦੀਆਂ। ਸੋ ਇਹ ਮਾਵਾਂ ਹੀ ਨੇ ਜਿਹੜੀਆਂ ਜੋੜ ਕੇ ਰੱਖਦੀਆਂ ਨੇ, ਔਰ ਮਾਂ ਤੋਂ ਵੱਡਾ ਦਰਜਾ ਕੋਈ ਨਹੀਂ ਹੈਗਾ। ਤੁਸੀਂ ਜਿੱਥੇ ਵੀ ਰਹਿ ਰਹੇ ਜੇ, ਜਿਹੜੇ ਮਰਜ਼ੀ ਮੁਲਕ 'ਚ ਰਹਿ ਰਹੇ ਜੇ, ਆਪਣੇ ਬੱਚਿਆਂ ਨੂੰ ਅਸੀਂ ਆਪਣੇ ਕਲਚਰ ਦੇ ਨਾਲ, ਆਪਣੇ ਪਿਛੋਕੜ ਦੇ ਨਾਲ ਜੋੜ ਕੇ ਰੱਖੀਏ। ਸਾਡੀਆਂ ਜੋ ਬਣਦੀਆਂ ਜ਼ਿੰਮੇਵਾਰੀਆਂ ਨੇ, ਠੀਕ ਹੈ ਨਾ, ਉਹੀ ਨੇ ਕਿ ਹਾਂ ਵੀ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਈਏ ਅਤੇ ਆਪਣੇ ਪਿਛੋਕੜ ਨਾਲ ਜੋੜ ਕੇ ਰੱਖੀਏ। ਅੰਬਣਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੰਡੀ ਦਾ, ਹਣਾ, ਅੰਬਣਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੰਡੀ ਦਾ, ਹਰੇ ਹਰੇ ਕਾਲ ਉੱਤੇ ਸੱਪ ਸੁੱਕਾ ਮਾਰਦਾ, ਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ, ਵਿੱਚੋਂ ਜਣਾ ਨੀ ਸਾਰਾ ਮੇਲਾ ਤੂੰ।
ਹਾਂਜੀ ਵੇਖੋ ਇੱਕ ਚੀਜ਼ ਹੈਗੀ ਆ, ਦੇਖੋ ਅਸੀਂ ਜਿਹੜਾ ਸੱਭਿਆਚਾਰ ਹੈ ਨਾ, ਜਦੋਂ ਬਾਹਰ ਅਸੀਂ ਆਉਂਦੇ ਹਾਂ, ਤੁਸੀਂ ਵੀ ਸਾਡੇ ਕੋਲ ਵਰਜੀਨੀਆ ਆਉਂਦੇ ਹੋ, ਯੂਨਾਈਟਡ ਪੰਜਾਬੀ ਦਾ ਮੇਲਾ ਹੁੰਦਾ, ਇੱਕ ਪੰਜਾਬੀ ਦਾ ਮੇਲਾ ਹੁੰਦਾ ਹੈ, ਕੱਲ੍ਹ ਨੂੰ ਸਾਡੇ ਸਿੱਖ ਸੈਂਟਰ ਆਫ ਵਰਜੀਨੀਆ ਦੇ ਵਿੱਚ ਵਿਸਾਖੀ ਮੇਲਾ ਹੈ। ਸੋ ਉਹ ਜਿਹੜੇ ਮੇਲੇ ਆ ਉਹ ਇਹ ਪਬਲਿਕ ਪਲੇਸਿਸ ਦੇ ਉੱਤੇ ਤਾਂ ਹੁੰਦੇ ਆ, ਰਾਈਟ, ਅਸੀਂ ਮਨਾਉਂਦੇ ਹਾਂ, ਪਰ ਜਿਹੜਾ ਉਹ ਮੇਲਾ ਕੀ ਹੁੰਦਾ, ਉੱਥੇ ਤੁਸੀਂ ਜਾਂਦੇ ਹੋ, ਖਾਂਦੇ ਪੀਂਦੇ ਹੋ, ਕੋਈ ਕਲਾਕਾਰ ਆਏ ਜਾਂ ਕੋਈ ਸੱਭਿਆਚਾਰਕ ਪ੍ਰੋਗਰਾਮ ਹੋਇਆ, ਤੁਸੀਂ ਆਪਣੇ ਘਰ ਨੂੰ ਆ ਗਏ, 11 ਦੋਸਤਾਂ ਨਾਲ ਤੁਸੀਂ ਸੈਲੀਬ੍ਰੇਟ ਕਰਦੇ ਹੋ। ਆਮ ਤੌਰ 'ਤੇ ਤੁਸੀਂ ਦੇਖਿਆ ਹੋਏਗਾ ਮੇਲੇ ਦੇ ਵਿੱਚ ਜੇ ਕਪਲ ਘਰੋਂ ਇਕੱਠੇ ਜਾਣ ਵੀ ਤਾਂ ਲੇਡੀਜ਼ ਆਪਣੀ ਫਰੈਂਡਸ ਨਾਲ ਹੋ ਜਾਂਦੀਆਂ ਨੇ, ਅਤੇ ਜਿਹੜੇ ਇਨਸਾਨ ਆ ਮੁੰਡੇ ਬੰਦੇ ਨੇ ਉਹ ਆਪਣੇ ਫਰੈਂਡ ਨਾਲ, ਬੱਚੇ ਆਪਣੇ ਫਰੈਂਡ ਨਾਲ। ਸੋ ਜਿਹੜਾ ਇੱਦਾਂ ਦਾ ਪ੍ਰੋਗਰਾਮ, ਇਹ ਪਰਿਵਾਰਕ ਮਾਹੌਲ ਹੈ, ਇੱਕ ਪਰਿਵਾਰ ਦੇ ਵਿੱਚ ਬੱਚੇ ਇਕੱਠੇ ਹੋਏ ਨੇ, ਸਾਰਿਆਂ ਨੂੰ ਸਾਰਿਆਂ ਦਾ ਪਤਾ ਹੈ ਬੱਚੇ ਇਕੱਠੇ ਹੋਏ ਨੇ, ਜਿਹੜੇ ਮੇਲ ਨੇ ਉਹ, ਜਿਹੜੀਆਂ ਫੀਮੇਲ ਨੇ, ਤੁਸੀਂ ਦੇਖਿਆ ਹੈਗਾ ਹੁਣੇ 2 ਮਿੰਟ ਪਹਿਲਾਂ ਮੈਂ ਨੋਟ ਕਰ ਰਿਹਾ ਸੀ ਕਿ ਸਾਡੀਆਂ ਫੀਮੇਲ ਫੋਕਸ ਬੈਠੀਆਂ ਬੈਠੀਆਂ ਬੋਲੀ ਪਾ ਰਹੀਆਂ ਸੀ, ਤਾਂ ਮੈਂ ਉਹ ਵੀ ਬੇਨਤੀ ਕਰ ਰਿਹਾ ਸੀ ਕਮਲ ਭਾਅ ਜੀ ਨੂੰ ਵੀ ਆਪਾਂ ਜਸ ਪੰਜਾਬੀ ਦਾ ਬਹੁਤ ਧੰਨਵਾਦ, ਤੁਸੀਂ ਆਏ ਹੋ ਸਾਡੇ ਕੋਲ। ਸੋ ਜਿਹੜਾ ਇਹ ਅੱਜ ਦੀ ਗੱਲਬਾਤ ਹੈ, ਇਹ ਤਾਂ ਕਰਨੀ ਨਾਲ ਅਸੀਂ ਉਹ ਵੀ ਸੱਭਿਆਚਾਰਕ ਕੰਮ ਹੀ ਕਰਨਾ, ਪਰ ਮੇਨ ਜਿਹੜਾ ਮੈਸੇਜ ਜਿਹੜਾ ਅਸੀਂ ਦੇਣਾ ਚਾਹੁੰਦੇ ਹਾਂ ਸਾਰੀ ਕਮਿਊਨਿਟੀ ਨੂੰ ਵਰਲਡ ਵਾਈਡ, ਹੋਇਆ ਹੈ ਕਿ ਮੇਲਿਆਂ ਦੇ ਨਾਲ ਨਾਲ ਇਹ ਪਰਿਵਾਰਕ ਪ੍ਰੋਗਰਾਮ ਹੋਣੇ ਬਹੁਤ ਜ਼ਰੂਰੀ ਨੇ, ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨੂੰ ਆਪਣੀ ਵੈਲਿਊਜ਼ ਨਾਲ ਜੋੜ ਕੇ ਰੱਖੀਏ, ਤਾਂ ਕਿ ਸਾਨੂੰ ਕੱਲ੍ਹ ਨੂੰ ਅਸੀਂ ਇਹ ਨਾ ਕਹੀਏ ਵੀ ਸਾਡੇ ਬੱਚੇ ਆਹ ਕਰ ਰਹੇ ਆ, ਉਹ ਕਰ ਰਹੇ ਆ, ਯੂ ਨੋ, ਜਿਹੜੀ ਕ੍ਰਿਸਮਸ ਮਨਾ ਰਹੇ ਆ, ਹੋਰ ਜਿਹੜੀਆਂ ਹੋਲੀਡੇਜ਼ ਮਨਾ ਰਹੇ ਆ, ਪਰ ਸਾਡਾ ਹੋਲੀਡੇ ਕਿਉਂ ਨਹੀਂ ਮਨਾ ਰਹੇ? ਕਿਉਂਕਿ ਜੇ ਅਸੀਂ ਉਹਨਾਂ ਨੂੰ ਦੱਸਾਂਗੇ, ਇਕੱਠੇ ਬਿਠਾਵਾਂਗੇ, ਇੱਕ ਦੂਜੇ ਨਾਲ ਮਿਲਣਗੇ, ਬੈਠਣਗੇ, ਉਹ ਗੱਲਾਂ ਕਰਨਗੇ, ਔਰ ਕੱਲ੍ਹ ਨੂੰ ਇਹੀ ਜਿਹੜਾ ਇਹਨਾਂ ਦਾ ਪਰਿਵਾਰਕ ਰਿਸ਼ਤੇ ਅੱਗੇ ਵਧਣਗੇ। ਇੱਕ ਗੱਲ ਹੋਰ ਐਡ ਕਰਨੀ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਜਦੋਂ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਜੋੜਦੇ ਹੋ ਨਾ, ਭਾਵੇਂ ਤੁਸੀਂ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹੋ ਜਾਂ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ 'ਚ ਲੈ ਕੇ ਜਾਂਦੇ ਹੋ, ਤਾਂ ਬੱਚੇ ਜਿਹੜੇ ਉਹ ਬੜੇ ਐਂਟਰਪ੍ਰੀਨਿਓਰ ਅਤੇ ਬੜੇ ਸਮਾਰਟ ਨੇ, ਉਹ ਨੈਕਸਟ ਸਟੈਪ ਲੈਂਦੇ ਨੇ। ਉਸ ਅਸੀਂ ਦੇਖਿਆ ਕਿ ਜਦੋਂ 3-4 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਵਜੀਨੀਆ ਮਨਾਸਸ ਮੈਨੂੰ ਯੂਥ ਕੋਆਰਡੀਨੇਟਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਉੱਥੇ ਗੁਰਦੁਆਰਾ ਸਾਹਿਬ ਐਵਰੀ ਮੰਥ ਇੱਕ ਪ੍ਰੋਗਰਾਮ ਕਰਨ ਦਾ, ਉਹਦੇ ਵਿੱਚੋਂ ਬੱਚਿਆਂ ਨੇ ਇੰਨਾ ਕੁਝ ਸਾਨੂੰ ਸਿਖਾਇਆ, ਔਰ ਨਾਲ ਦੇ ਨਾਲ ਚੜ੍ਹਦੀ ਕਲਾ ਸਪੋਰਟਸ ਕਲੱਬ, ਮੇਰਾ ਬੇਟਾ ਮੋਲਕ ਸਿੰਘ ਅਤੇ ਉਹਦੇ ਦੋਸਤ ਹਰਜੋਤ ਸਿੰਘ, ਉਹਨਾਂ ਨੇ ਰਲ ਕੇ ਔਰ ਚੜ੍ਹਦੀ ਕਲਾ ਸਪੋਰਟਸ ਕਲੱਬ ਬਣਾਇਆ, ਔਰ ਹਰ ਸਟੇਜ ਤੋਂ ਇਹ ਕਹਿੰਦੇ ਕਿ ਹਰ ਮਾਂ ਪਿਓ ਚਾਹੁੰਦਾ ਹੈ, ਇਹ ਬੱਚਿਆਂ ਦੀ ਗੱਲ ਹੈ, ਮੈਂ ਨਹੀਂ ਕਹਿ ਰਿਹਾ, ਵੀ ਹਰ ਮਾਂ ਪਿਓ ਚਾਹੁੰਦਾ ਹੈ ਵੀ ਮੇਰੇ ਬੱਚੇ ਕਲੱਬ ਨਾ ਜਾਣ, ਪਰ ਨੌਜਵਾਨਾਂ ਨੇ ਕਲੱਬ ਜਾਣਾ ਹੀ ਜਾਣਾ। ਸੋ ਉਹਨਾਂ ਨੇ ਉਪਰਾਲਾ ਕੀਤਾ ਕਿ ਬੱਚੇ ਨੱਚਣ ਗਾਉਣ ਵਾਲੇ ਕਲੱਬ ਦੀ ਜਾਣ ਤੇ ਜਗ੍ਹਾ ਚੜ੍ਹਦੀ ਕਲਾ ਸਪੋਰਟਸ ਕਲੱਬ ਜਾਣ। ਸੋ ਉਹ ਆਪਣਾ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ, ਵਰਜੀਨੀਆ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਉਹ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ, ਸਪੋਰਟਸ ਇਵੈਂਟ ਜਿਹੜੇ ਆ, ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਸਿਰਫ ਅਤੇ ਸਿਰਫ ਲੜਕੀਆਂ ਦਾ ਵਾਲੀਬਾਲ ਦਾ ਪ੍ਰੋਗਰਾਮ ਰੱਖਿਆ, ਬਾਸਕਟਬਾਲ ਦੇ ਪ੍ਰੋਗਰਾਮ ਕਰਦੇ, ਓਨਲੀ ਫੋਰ ਗਰਲਸ, ਆਈ ਲਵਡ ਇਟ, ਮਤਲਬ ਅਸੀਂ ਵੀ ਇਹ ਸੋਚ ਨਹੀਂ ਸਕਦੇ, ਨੌਜਵਾਨਾਂ ਨੇ ਕਰਕੇ ਵਿਖਾਇਆ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੇ ਪ੍ਰੋਗਰਾਮ ਨੇ, ਇਹ ਬਹੁਤ ਜ਼ਿਆਦਾ ਵੈਲਿਊਏਬਲ ਪ੍ਰੋਗਰਾਮ ਨੇ, ਔਰ ਨਾਲ ਐਂਡ ਦੇ ਵਿੱਚ ਜਿਸ ਤਰ੍ਹਾਂ ਮੇਰੀ ਵਾਈਫ ਕਰਮਜੀਤ ਨੇ ਕਿਹਾ ਕਿ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ, ਕਾਲੋਂ ਪਰਿਵਾਰ ਵੱਲੋਂ ਮਹਿਤਾਬ ਸਿੰਘ ਕਾਲੋਂ, ਕਰਮਜੀਤ ਕੌਰ ਕਾਲੋਂ, ਜਸ ਪੰਜਾਬੀ ਦੇ ਬਹੁਤ ਧੰਨਵਾਦੀ ਹਾਂ, ਹਮੇਸ਼ਾ ਹੀ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ। ਮੇਰਾ ਨਾਮ ਆ ਹਰਨੂਰ ਯਾਰ, ਮੇਰੇ ਪਾਪਾ ਦਾ ਨਾਂ ਆ ਹਰਬੀਰ ਯਾਰ, ਅਤੇ ਮੇਰੀ ਮੰਮਾ ਦਾ ਨਾਂ ਆ ਰਾਜਵਿੰਦਰ ਯਾਰ। ਅਸੀਂ ਪਹਿਲਾਂ ਤੋਂ ਗੁਰਦੁਆਰੇ ਜਾਂਦੇ ਹੁੰਦੇ ਅਤੇ ਅਸੀਂ ਸਾਡੀ ਫੈਮਿਲੀ ਨੂੰ ਮਿਲਦੇ ਹੀ ਰਹਿੰਦੇ ਹਾਂ, ਅਤੇ ਇਹਦੀ ਵਜ੍ਹਾ ਸਾਡੀ ਪੰਜਾਬੀ ਵਧੀਆ ਆ। ਜਦੋਂ ਵੀ ਕੋਈ ਵੀ ਹੋਲੀਡੇ ਹੁੰਦਾ ਅਸੀਂ ਪਹਿਲਾਂ ਗੁਰਦੁਆਰੇ ਜਾਂਦੇ ਹਾਂ, ਬਹੁਤ ਲੋਕ ਨਿਊ ਈਅਰ ਈਵਲੀ ਪਾਰਟੀ ਜਾਂਦੇ ਪਰ ਅਸੀਂ ਗੁਰਦੁਆਰੇ ਜਾਂਦੇ ਹਾਂ। ਅਤੇ ਬਹੁਤ ਯੰਗ ਏਜ ਤੋਂ ਸਾਡੇ ਗ੍ਰੈਂਡਪੇਰੈਂਟਸ ਨੇ ਸਾਨੂੰ ਸਿਖਾਇਆ ਕਿ ਇਹ ਸਾਡੇ ਰੂਟਸ ਆ। ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਇਹ ਸਾਡਾ ਵਿਸਾਖੀ ਆ ਅਤੇ ਇਹ ਸਾਡਾ ਸਪਰਿੰਗ ਫੈਸਟੀਵਲ ਆ ਅਤੇ ਸਾਡੇ ਫਾਰਮਰਸ ਲਈ ਬਹੁਤ ਇੰਪੋਰਟੈਂਟ ਆ। ਇੱਥੇ ਸਾਰੇ ਫੈਮਲੀਜ਼ ਆ ਅਤੇ ਬਹੁਤ ਵੱਡਾ ਵਧੀਆ ਐਟਮੋਸਫੀਅਰ ਆ, ਸਾਰੇ ਇੱਥੇ ਖੁਸ਼ ਆ। ਥੋੜ੍ਹੀ ਦੇਰ ਵਿੱਚ ਗਾਣੇ ਵੀ ਚੱਲਣਗੇ ਅਤੇ ਨੱਚਣਗੇ ਵੀ। ਹਾਂਜੀ, ਮੇਰਾ ਨਾਮ ਮਨਜੀਤ ਕੌਰ ਆ ਅਤੇ ਮੈਂ ਪਿੱਛੋਂ ਲੁਧਿਆਣੇ ਡਿਸਟ੍ਰਿਕਟ ਤੋਂ, ਪਿੰਡ ਹਾਂਸ ਕਲਾਂ ਤੋਂ 1997 'ਚ ਇੱਥੇ ਆਈ ਹਾਂ। ਆਉਣ ਤੋਂ 2 ਮਹੀਨੇ ਬਾਅਦ ਹੀ ਮੇਰੀ ਮੈਰਿਜ ਹੋ ਗਈ ਵਰਜੀਨੀਆ। ਅਤੇ ਮੇਰੀ ਬੈਕਗਰਾਉਂਡ ਇਹੀ ਹੈ ਕਿ ਮੈਂ ਉੱਥੋਂ ਗ੍ਰੈਜੂਏਟ ਸੀਗੀ, ਪਰ ਇੱਥੇ ਆ ਕੇ ਪਰ ਬਾਹਰ ਕੋਈ ਕੰਮ ਨਹੀਂ ਕੀਤਾ, ਆਪਣੇ ਹੀ ਬਿਜ਼ਨਸ 'ਤੇ ਕੰਮ ਕੀਤਾ। ਜੀ, ਮੇਰੇ ਬੱਚੇ ਇੱਥੇ ਬੋਰਨ ਹੋਏ ਆ, 2 ਬੇਟੇ ਆ। ਸਾਰੇ ਜਿੱਦਾਂ ਪ੍ਰੋਗਰਾਮ ਹੁੰਦੇ ਆ, ਦਿਵਾਲੀ, ਵਿਸਾਖੀ, ਨਵਾਂ ਸਾਲ, ਕੋਈ ਵੀ ਤਿਉਹਾਰ ਆਉਂਦੇ ਆ, ਗੁਰਦੁਆਰਾ ਸਾਹਿਬ ਲੈ ਕੇ ਜਾਈਦਾ। ਈਵਨ ਕਿ ਮੇਰੇ ਬੇਟੇ ਦਾ ਬਰਥਡੇ ਵੀ ਵਿਸਾਖੀ ਵਾਲੇ ਦਿੰਦਾ ਵਾ। ਹਾਂਜੀ, ਅਤੇ ਉਹਨਾਂ ਨੂੰ ਮਤਲਬ ਸਾਰੀ ਦੱਸੀ ਇਹ ਨੌਲੇਜ ਦੇਈਦੀ ਆ ਕਿ ਅਸੀਂ ਆਹ ਤਿਉਹਾਰ ਕਿਉਂ ਮਨਾਉਂਦੇ ਹਾਂ, ਦਿਵਾਲੀ ਕਿਉਂ ਮਨਾਉਂਦੇ ਹਾਂ, ਵਿਸਾਖੀ ਕਿਉਂ ਮਨਾਉਂਦੇ ਹਾਂ।
ਇੱਦਾਂ ਸਾਰੀ ਜਾਣਕਾਰੀ ਦੇਈਦੀ ਆ। ਵੀ ਬਹੁਤ ਇੰਪੋਰਟੈਂਟ ਆ ਕਿ ਬੱਚੇ ਗੁਰਦੁਆਰੇ ਵੀ ਜਾਂਦੇ ਅਤੇ ਪਰ ਉਹਨਾਂ ਨੂੰ ਵੈਸੇ ਵੀ ਨੌਲੇਜ ਹੋਣੀ ਚਾਹੀਦੀ ਆ, ਇੱਦਾਂ ਗੈਟ ਟੂਗੈਦਰ ਹੁੰਦੇ ਆ ਕੋਈ ਵੀ ਤਿਉਹਾਰ, ਜਿੱਦਾਂ ਅੱਜ ਅਸੀਂ ਵਿਸਾਖੀ ਸੈਲੀਬ੍ਰੇਟ ਕਰ ਰਹੇ ਹਾਂ। ਵਿਸਾਖੀ ਸਾਡਾ ਰਿਲੀਜੀਅਸ ਤਿਉਹਾਰ ਤਾਂ ਹੈ ਹੀ ਆ, ਉਹਦੇ ਨਾਲ ਨਾਲ ਸਾਡੇ ਜਿੱਦਾਂ ਅਸੀਂ ਫਾਰਮਰ ਆ ਬੈਕ, ਅਤੇ ਸਾਡੀਆਂ ਫਸਲਾਂ ਕਣਕਾਂ ਪੱਕ ਜਾਂਦੀਆਂ ਨੇ ਅਤੇ ਕਣਕਾਂ ਵੱਢਦੇ ਹਾਂ ਅਤੇ ਅਸੀਂ ਤਾਂ ਵੀ ਸੈਲੀਬ੍ਰੇਟ ਕਰਦੇ ਹਾਂ ਕਿ ਸਾਡੀ ਫਸਲ ਪੱਕ ਕੇ ਘਰ ਆਉਣ ਲੱਗੀ ਆ। ਤਾਂ ਬੱਚਿਆਂ ਨੂੰ ਅਸੀਂ ਇਹ ਦੱਸੀਦਾ ਕਿ ਅਸੀਂ ਰਿਲੀਜੀਅਸ ਵੀ ਤਿਉਹਾਰ ਆ ਅਤੇ ਸਾਡਾ ਇਹ ਖੁਸ਼ੀ ਦਾ ਤਿਉਹਾਰ ਵੀ ਹੈ ਕਿ ਸਾਡੀਆਂ ਫਸਲਾਂ ਪੱਕੇ ਘਰ ਆ ਗਈਆਂ ਨੇ, ਇਸ ਕਰਕੇ ਅਸੀਂ ਵਿਸਾਖੀ ਸੈਲੀਬ੍ਰੇਟ ਕਰਦੇ ਹਾਂ। ਮੇਰਾ ਨਾਮ ਹੈਗਾ ਗੁਰਪ੍ਰੀਤ ਕੌਰ, ਮੇਰੇ ਹਸਬੈਂਡ ਦਾ ਨਾਮ ਹੈਗਾ ਕਮਲਜੀਤ ਸਿੰਘ। ਜਿਵੇਂ ਅਸੀਂ ਪੰਜਾਬੀ ਪੰਜਾਬ ਤੋਂ ਬਿਲੋਂਗ ਕਰਦੇ, ਰਾਈਟ, ਇੰਡੀਆ ਤੋਂ, ਪਿਛੋਕੜ ਪੰਜਾਬੀ ਹੈਗੇ ਹਾਂ, ਜੱਟ ਸਿੱਖ ਹਾਂ ਜਿਵੇਂ। ਅਤੇ ਇੱਥੇ ਵੀ ਮੇਰੇ ਪੇਰੈਂਟਸ ਦੀ ਫੈਮਲੀ, ਮੇਰੇ ਆਪਣੇ ਪੇਰੈਂਟਸ ਦੀ ਵੀ ਫੈਮਲੀ ਸਾਰੀ ਇੱਥੇ ਆ। ਈਵਨ ਮੇਰੇ ਮਦਰ ਪੰਜਾਬੀ ਟੀਚਰ ਆ, ਦੈਟਸ ਵਾਏ ਅਸੀਂ ਬੜਾ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਹਾਂ। ਮਤਲਬ ਜਿਵੇਂ ਵਿਸਾਖੀ ਵਨ ਆਫ ਦਾ ਮੋਸਟ ਫੇਮਸ ਸਾਡਾ ਤਿਉਹਾਰ ਆ, ਰਾਈਟ। ਅਤੇ ਅਸੀਂ ਵੀ ਇੱਥੇ ਤਾਂ ਗੈਟ ਟੂਗੈਦਰ ਕਰਦੇ ਹਾਂ ਕਿ ਚਲੋ ਸਾਡੇ ਬੱਚੇ ਆ, ਮੇਨ ਚੀਜ਼ ਹੁੰਦੀ ਕਿ ਤੁਹਾਡੀਆਂ ਰੂਟਸ ਦੇ ਨਾਲ ਤੁਸੀਂ ਜੁੜੇ ਆ ਆਪਣੇ ਬੱਚਿਆਂ ਨੂੰ ਲੈ ਕੇ। ਪਲੱਸ ਅਸੀਂ ਜੇ ਇੱਥੇ ਰਹਿੰਦੇ, ਇੱਥੋਂ ਦੇ ਵੀ ਫੈਸਟੀਵਲ ਸੈਲੀਬ੍ਰੇਟ ਕਰਦੇ ਹਾਂ, ਪਲੱਸ ਸਾਡੇ ਬੱਚਿਆਂ ਨੂੰ ਨੌਲੇਜ ਹੋਵੇ ਕਿ ਯੂ ਨੋ ਵੀ ਇਹ ਇੰਡੀਆ ਤੋਂ ਪੰਜਾਬ ਤੋਂ ਸਾਡੇ ਉੱਥੋਂ ਦੇ ਜਿਵੇਂ ਰਿਲੀਜੀਅਸ ਕਹਿ ਲਓ, ਪਲੱਸ ਸਾਡੇ ਕਲਚਰ ਦੇ ਨਾਲ, ਯੂ ਨੋ, ਸੱਭਿਆਚਾਰਕ ਦੇ ਨਾਲ ਜੁੜੇ ਹੋਣ, ਇਹਨਾਂ ਨੂੰ ਨੌਲੇਜ ਹੋਵੇ ਕਿ ਉੱਥੇ ਕਿਹੜੇ ਤਿਉਹਾਰ ਮੇਨ ਹੁੰਦੇ ਆ। ਜਿਵੇਂ ਵਿਸਾਖੀ ਦਾ ਮਤਲਬ ਸਾਡੇ ਧਾਰਮਿਕ ਤੌਰ 'ਤੇ ਵੀ ਕਹਿ ਲਓ ਕਿ ਬਹੁਤ ਫੇਮਸ ਇਹਨੂੰ ਮੰਨਿਆ ਜਾਂਦਾ, ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਇਸ ਦਿਵਸ 'ਤੇ, ਯੂ ਨੋ, ਖਾਲਸਾ ਪੰਥ ਦੀ ਸਥਾਪਨਾ ਕੀਤੀ। ਅਤੇ ਅਸੀਂ ਇੱਥੇ ਇਹੀ ਸਾਡੀ ਮੇਨ, ਮਤਲਬ ਜਿਵੇਂ ਸਾਰਿਆਂ ਨੇ ਮੇਰੇ ਬੋਲਿਆ ਕਿ ਮੇਨ ਹੁੰਦਾ ਕਿ ਤੁਹਾਡੇ ਬੱਚੇ ਤੁਹਾਡੇ ਕਲਚਰ ਨਾਲ ਤੁਸੀਂ ਜੋੜੀ ਰੱਖਿਆ, ਇਹਨਾਂ ਨੂੰ ਦੋਵਾਂ ਕਲਚਰਸ ਦਾ ਪਤਾ ਹੋਵੇ। ਮੈਂ ਇਹੀ ਕਹਿੰਦੀ ਹਾਂ ਕਿ ਸਾਨੂੰ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ, ਬੱਚਿਆਂ ਨੂੰ ਆਪਣੇ ਕਲਚਰ ਨਾਲ, ਆਪਣੀ ਬੈਕਗਰਾਊਂਡ ਨਾਲ ਜੋੜ ਕੇ ਰੱਖਣਾ ਚਾਹੀਦਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਤਿਉਹਾਰਾਂ ਬਾਰੇ। ਕਿਉਂਕਿ ਇੱਥੇ ਕ੍ਰਿਸਮਸ, ਨਿਊ ਈਅਰ ਜਾਂ ਹੋਰ ਸਾਰੇ ਤਿਉਹਾਰ ਤਾਂ ਮਨਾਏ ਜਾਂਦੇ, ਉਹਨਾਂ ਦੀਆਂ ਛੁੱਟੀਆਂ ਹੁੰਦੀਆਂ, ਬੱਚਿਆਂ ਨੂੰ ਇਹਨਾਂ ਤਿਉਹਾਰਾਂ ਦੀ ਨੌਲੇਜ ਨਹੀਂ ਹੁੰਦੀ। ਤਾਂ ਅਸੀਂ ਇੱਦਾਂ ਦੇ ਇਵੈਂਟ ਕਰਕੇ ਉਹਨਾਂ ਨੂੰ ਦੱਸਦੇ ਰਹੀਏ ਕਿ ਇਹ ਸਾਡੇ ਆਪਣੇ ਤਿਉਹਾਰ ਨੇ। ਸਾਡੇ ਬੱਚੇ ਜਿਵੇਂ ਵਧੀਆ ਤਰ੍ਹਾਂ ਇਹਨਾਂ ਦੀਆਂ ਰੂਟਸ, ਜਿਵੇਂ ਕਹਿ ਲਓ ਕਿ ਪੰਜਾਬੀ, ਇਹਨਾਂ ਨੂੰ ਪਤਾ ਹੈ ਪੰਜਾਬੀ ਕਲਚਰ ਕੀ ਆ, ਗੁਰਦੁਆਰੇ ਜਾਂਦੇ ਆ। ਬਾਕੀ ਅਸੀਂ ਘਰ 'ਚ ਮੋਸਟਲੀ ਹੁੰਦਾ ਕਿ ਪੰਜਾਬੀ ਬੋਲੋ, ਬੱਚਿਆਂ ਨੂੰ ਪਤਾ ਚੱਲੇ ਕਿ ਯੂ ਨੋ ਕਿ ਅਸੀਂ ਪੰਜਾਬੀ ਜੁੜੇ ਹਾਂ ਆਪਣੇ ਕਲਚਰ ਦੇ ਨਾਲ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ। ਬਾਕੀ ਇਹਨਾਂ 'ਚ ਬੜੀ ਐਕਸਾਈਟਮੈਂਟ ਹੈ, ਵੇਖੋ ਤੁਸੀਂ ਸਾਰੇ ਬੱਚਿਆਂ ਨੂੰ ਦੇਖ ਹੀ ਸਕਦੇ ਹਾਂ, ਹੈ ਨਾ, ਕਿ ਇਹਨਾਂ ਨੂੰ ਕਿਸੇ ਨੂੰ ਵੀ ਤੁਸੀਂ ਪੁੱਛੋਗੇ ਤਾਂ ਇਹ ਵਧੀਆ ਤਰੀਕੇ ਨਾਲ ਜਾਣਦੇ ਕਿ ਵਿਸਾਖੀ ਕੀ ਆ, ਕਿਵੇਂ ਮਨਾਉਣਾ ਇਹ ਤਿਉਹਾਰ, ਰਾਈਟ। ਗੁਰਦੁਆਰਿਆਂ 'ਚ ਤਾਂ ਅਸੀਂ ਮਨਾਉਂਦੇ ਹੀ ਹਾਂ, ਪਲੱਸ ਅਸੀਂ ਉਵੇਂ ਵੀ ਗੈਟ ਟੂਗੈਦਰ ਕਰਦੇ ਹਾਂ ਕਿ ਚਲੋ ਆਪਣੀਆਂ ਫੈਮਿਲੀਜ਼ ਅਤੇ ਯੂ ਨੋ ਵੀ ਸਾਰਾ ਵੇਖੋ। ਗਿੱਧਾ ਵੀ ਪਾ ਲੈਂਦੇ, ਸਾਰਿਆਂ ਨੂੰ ਪਤਾ ਹੈ ਕਿ ਗਿੱਧਾ ਵੀ, ਯੂ ਨੋ, ਸਾਡੇ ਪੰਜਾਬੀ ਕਲਚਰ ਦਾ ਮੇਨ ਫੋਕ ਡਾਂਸ ਆ। ਮੇਰਾ ਨਾਂ ਅਸ਼ੋਕ ਸ਼ਰਮਾ ਹੈ, ਤਾਂ ਮੈਂ ਪੈਨਸਲਵੇਨੀਆ ਪਾਰਟਸਵਿਲ ਦੇ ਵਿੱਚ ਮੈਂ ਰਹਿੰਦਾ। ਦੇਖੋ ਜੀ, ਪਹਿਲੀ ਗੱਲ ਤਾਂ ਹੈ ਬੀਇੰਗ ਏ ਪੰਜਾਬੀ ਐਂਡ ਦਿਸ ਇਜ਼ ਅ ਵੈਰੀ ਇੰਪੋਰਟੈਂਟ ਇਵੈਂਟ ਇਨ ਅਵਰ ਹਿਸਟਰੀ ਇਜ਼ ਅ ਵਿਸਾਖੀ ਡੇ ਐਂਡ ਵਿਸਾਖੀ ਇਜ਼ ਅਟੈਚਡ ਵਿਦ ਅਵਰ ਕਲਚਰ। ਇਸੇ ਦਿਨ ਹੀ ਖਾਲਸਾ ਪੰਥ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਂ ਸਾਲ ਸ਼ੁਰੂ ਹੁੰਦਾ ਅਤੇ ਉਹਨਾਂ ਨੇ ਖਾਲਸਾ ਪੰਥ ਸਜਾਇਆ ਸੀ। ਉਸ ਵੇਲੇ ਹਿੰਦੁਸਤਾਨ ਮੁਗਲ ਸਲਤਨਤ ਦਾ ਰਾਜ ਸੀ ਅਤੇ ਉਹਨੇ ਹਿੰਦੁਸਤਾਨ ਨੂੰ ਕਲਚਰਲੀ, ਇਕਨੋਮਿਕਲੀ ਸਭ ਤਰ੍ਹਾਂ ਦੇ ਨਾਲ ਜਕੜ ਕੇ ਰੱਖਿਆ ਸੀ। ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਇਹ ਆਪਣਾ ਸਿੱਖ ਧਰਮ ਨੂੰ ਚਲਾਇਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਮਕੀ ਸ਼ਹਾਦਤ ਦਿੱਤੀ ਆਪਣੇ ਸਾਰੇ ਪਰਿਵਾਰ ਦੀ। ਅਤੇ ਜਦੋਂ ਉਹਨਾਂ ਨੂੰ ਇਹ ਲੱਗਾ ਵੀ ਇਹਨਾਂ ਨੂੰ ਮਤਲਬ ਕਿ ਦੇਰ ਇਜ਼ ਨੋ ਵੇ ਵੀ ਕੈਨ ਫਾਈਟ ਵਿਦ ਦਿਸ
like a cultural onslaught and we want freedom. So he started and this Khalsa Panth. So being a Punjabi, it has a more importance. Pichho district Gurdaspur ਰਿਆੜ ਕੀ ਤੋਂ ਹਰਿਆਣਾ ਸੀ ਅਤੇ 88 ਤੋਂ ਇੱਥੇ ਰਹਿ ਰਹੇ ਹਾਂ। ਪਹਿਲਾਂ ਵਰਜੀਨੀਆ ਸੀ, ਮੈਰੀਲੈਂਡ ਸੀ, ਹੁਣ ਇੱਥੇ ਨਿਊ ਜਰਸੀ ਦੇ ਵਿੱਚ ਹਾਂ ਅਤੇ ਗੈਸ ਸਟੇਸ਼ਨ ਕਾਰੋਬਾਰ 'ਚ ਹੈਗੇ ਹਾਂ ਜੀ। ਪਰਿਵਾਰ ਪੇਰੈਂਟਸ ਇੰਡੀਆ ਰਹਿ ਰਹੇ ਆ ਜੀ, ਇੱਥੇ ਵਾਈਫ ਆ, 3 ਬੱਚੇ ਆ ਜੀ। ਆ ਬੱਚੇ ਤਿੰਨੇ ਇੱਥੇ ਹੋਏ, ਇੱਥੇ ਹੀ ਗਰੋਨ ਅਪ ਹੋਏ ਆ ਅਤੇ ਪੰਜਾਬੀ ਬੋਲਦੇ ਆ, ਪੰਜਾਬੀ ਕਲਚਰ ਨਾਲ ਹੈਗੇ ਆ। ਇੱਦਾਂ ਪ੍ਰੋਗਰਾਮ ਕਰਦੇ ਰਹਿੰਦੇ ਹਾਂ, ਇਕੱਠੇ ਹੁੰਦੇ ਰਹਿੰਦੇ ਹਾਂ ਸਾਰਾ ਕੁਛ, ਅਤੇ ਬੱਚਿਆਂ ਨੂੰ ਪੰਜਾਬੀ ਗੁਰਦੁਆਰੇ ਵਗੈਰਾ ਖੜੀ ਦਾ ਜੋ ਵੀ ਕਰ ਸਕਦੇ ਹਾਂ। ਅੱਜ ਬੇਸਿਕਲੀ ਜਿੰਨੇ ਵੀ ਇੱਥੇ ਲੋਕ ਆਏ ਆ, ਜਾਂ ਅਸੀਂ ਰੈਲੇਟਿਵ ਆ ਜਾਂ ਫਰੈਂਡਸ ਹੈਗੇ, ਕਲੋਜ਼ ਫਰੈਂਡਸ, ਅਤੇ ਕੋਵਿਡ ਕਰਕੇ ਛੋਟਾ ਜਿਹਾ ਪ੍ਰੋਗਰਾਮ ਕੀਤਾ, ਜ਼ਿਆਦਾ ਲੋਕ ਇਨਵਾਈਟ ਨਹੀਂ ਕੀਤੇ ਵੀ ਕੋਵਿਡ ਦਾ ਖਿਆਲ ਰੱਖਦੇ ਹੋਏ, ਅਤੇ ਸਾਰੀ ਫੈਮਿਲੀ ਆ ਅਤੇ ਆਪਣਾ ਫਰੈਂਡਸ ਹੈਗੇ ਸਾਰੇ ਅਸੀਂ। ਮੈਂ ਇੱਥੇ ਇਸ ਕਰਕੇ ਹਾਂ ਕਿ ਆਈ ਬਿਲੋਂਗ ਟੂ ਮਾਝਾ ਆਫ ਪੰਜਾਬ, ਜਿਹੜਾ ਸਾਡਾ ਪੰਜਾਬ ਹੈ ਦੁਆਬਾ, ਕਿਉਂਕਿ ਦੁਆਬਾ ਜਿਹੜੀ ਜਗ੍ਹਾ ਉੱਥੇ ਲੈਂਡ ਹੋਲਡਿੰਗ ਘੱਟ ਸੀ, ਸੋ ਲਾਟ ਆਫ ਦੁਆਬੀਜ਼ ਕਮ ਟੂ ਦਿਸ ਕੰਟਰੀ ਫਸਟ, ਦੈਨ ਲਾਈਕ ਅਦਰ ਸਟੇਟ, ਐਂਡ ਮਾਝਾ ਕੇਮ ਵੈਰੀ ਲੇਟ, ਐਂਡ ਆਈ ਐਮ ਹੇਅਰ ਸੈਕੰਡਰੀ ਟੂ ਮਾਈ ਹੋਸਟ ਵਿਚ ਇਜ਼ ਹਰਬੀਰ ਸਿੰਘ ਰਿਆੜ, ਵੀ ਇਜ਼ ਆਲਵੇਜ਼ ਸੇਮ ਲਾਈਕ ਏ ਕੋਲੰਬਸ ਆਫ ਮਾਝਾ। The reason is he runs more than 20 gas stations. He belongs to a very rich family. He kept that tradition even over here. He tried to help so many people who came to this country. They need jobs, they need anything. He's always helpful that. And his brother-in-law, Mr. Aujla, and my other friend Navdeep Singh Guraya. So they are pillar of this society and they are my very close buddies. So I help them, they help me in all the functions, they invite me and I feel proud and I'm very thankful to them to invite me for this. ਬਹੁਤ ਬਹੁਤ ਧੰਨਵਾਦ ਜੀ ਜਸ ਪੰਜਾਬੀ ਵਾਲਿਆਂ ਦਾ, ਮੈਡਮ ਸਾਡੇ ਕੋਲ ਸਾਡੇ ਵਿਹੜੇ 'ਚ ਆਏ ਹੋ ਤੁਸੀਂ। ਵੇਖੋ ਜੀ, ਅਸੀਂ ਪਿੱਛੋਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਅਤੇ ਆਲਮੋਸਟ ਸਾਰੇ ਤਿਉਹਾਰ ਹੀ ਸਾਰੇ ਫਰੈਂਡ ਸਰਕਲ ਜਿਹੜਾ ਇਕੱਠੇ ਇੱਥੇ ਮਿਲ ਕੇ ਮਨਾਉਂਦੇ ਹਾਂ। ਛੋਟਾ ਜਿਹਾ ਪੰਜਾਬ ਹੀ ਅਤੇ ਮਿੰਨੀ ਪੰਜਾਬ ਬਣਾ ਲਿਆ ਆਪਣਾ। ਮੇਰਾ ਪੂਰਾ ਨਾਮ ਹੈ ਜੀ ਗਗਨਦੀਪ ਸਿੰਘ ਰੰਧਾਵਾ, ਮੈਂ ਨਿਊ ਜਰਸੀ ਬਲਿੰਗਟਨ 'ਚ ਰਹਿ ਰਿਹਾ ਜੀ ਆਲਮੋਸਟ 12 ਈਅਰਸ। ਪਿਛੋਕੜਾ ਜੀ ਮੇਰਾ ਅੰਮ੍ਰਿਤਸਰ ਡਿਸਟ੍ਰਿਕਟ ਆ, ਮਹਿਤਾ ਚੌਂਕ, ਅਤੇ ਮੇਰੀ ਸਟੱਡੀ ਸਾਰੀ ਅੰਮ੍ਰਿਤਸਰ ਤੋਂ ਆ ਅਤੇ ਆਲਮੋਸਟ 12 ਈਅਰਸ ਤੋਂ ਇੱਥੇ ਆ। ਐਕਚੁਲੀ ਜੀ ਆਈ ਐਮ ਵੈਰੀ ਬਲੈਸਡ, ਐਕਚੁਲੀ ਮੇਰੀ ਫੈਮਿਲੀ ਇੱਥੇ ਸੀਗੀ ਪਹਿਲਾਂ ਤੋਂ, ਸੋ ਵੈਨ ਆਈ ਕੇਮ ਹੇਅਰ ਆਈ ਸਟੱਡੀ ਮਾਈ, ਮੇਰੀ ਸਟੱਡੀ ਸਾਰੀ ਅੰਮ੍ਰਿਤਸਰ 'ਚ ਆ, ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਸੋ ਵੈਨ ਆਈ ਕੇਮ ਹੇਅਰ ਤਾਂ ਮੈਨੂੰ ਕੋਈ ਚੇਂਜ ਨਹੀਂ ਲੱਗਾ, ਬਿਕੋਜ਼ ਦੇ ਆਰ ਆਲਰੇਡੀ ਐਸਟੈਬਲਿਸ਼ ਹੇਅਰ। ਸੋ ਇਟ ਵਾਸ ਵੈਰੀ ਵੈਰੀ ਲਾਈਕ ਉੱਥੋਂ ਆ ਕੇ ਇੱਕ ਘਰ ਤੋਂ ਉੱਠੇ ਅਤੇ ਦੂਜੇ ਘਰ 'ਚ ਆ ਗਏ, ਸੋ ਸੇਮ ਲਾਈਕ ਦੈਟ। ਇਹੋ ਜਿਹੇ ਪ੍ਰੋਗਰਾਮ ਕਰਾਉਣ ਦਾ ਬਹੁਤ ਜ਼ਿਆਦਾ ਸਾਨੂੰ ਫਾਇਦਾ ਹੋ ਰਿਹਾ ਵਾ, ਸਾਡੇ ਬੱਚਿਆਂ ਨੂੰ ਇੱਕ ਪੰਜਾਬੀ ਆਪਣੇ ਸੱਭਿਅਤਾ ਨਾਲ ਜੁੜੇ ਹੋਏ ਆ ਅਤੇ ਪੰਜਾਬੀ ਬੋਲਦੇ ਵੀ ਆ, ਆਪਣੇ ਪੇਰੈਂਟਸ ਦਾ ਸਤਿਕਾਰ ਵੱਡਿਆਂ ਦਾ ਛੋਟਿਆਂ ਦਾ, ਪੰਜਾਬੀ ਬਹੁਤ ਕਲੀਅਰਲੀ ਬੋਲਦੇ ਆ, ਲੁੱਕ ਲਾਈਕ ਦੇ ਆਰ ਬੋਰਨ ਇਨ ਪੰਜਾਬ, ਬਟ ਦੇ ਨਾ ਬੋਰਨ ਓਵਰ ਦੇਅਰ, ਬਟ ਦੇ ਆਰ ਬੋਰਨ ਰੇਜ਼ਡ ਓਵਰ ਹੇਅਰ। ਬੜੀ ਵੱਡੀ ਸਿੱਖਿਆ ਮਿਲਦੀ ਆ ਇਹ 'ਚ ਸਾਨੂੰ, ਮਤਲਬ ਬਾਕੀ ਕਮਿਊਨਿਟੀਆਂ ਨੂੰ ਮਿਲਦੀ ਆ, ਇੱਕ ਉਤਸ਼ਾਹ ਮਿਲਦਾ ਵਾ ਬਾਕੀ ਵੀ ਸਾਰੇ ਪ੍ਰੋਗਰਾਮ ਕਰਨ, ਅਤੇ ਇੱਕ ਸਾਡਾ ਤੁਹਾਡੀ ਜਿਹੜੀ ਜਸ ਪੰਜਾਬੀ ਦਾ ਸਾਡੀ ਫੈਮਿਲੀ ਵਾਂਗੂ ਤੁਸੀਂ ਵੀ ਹੋ, ਇਹਦੇ ਮਤਲਬ ਕਿ ਸਾਡੇ ਨਾਲ ਤੁਹਾਡੇ ਨਾਲ ਮਿਲ ਕੇ ਪੰਜਾਬੀ ਦੀ ਬਹੁਤ ਵਧੀਆ ਸੇਵਾ ਕਰ ਰਹੇ ਹੋ, ਅਤੇ ਅਸੀਂ ਆਪਣੀ ਪੰਜਾਬੀ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣਾ ਚਾਹੁੰਦੇ ਹਾਂ। ਐਕਚੁਲੀ ਮੈਨੂੰ ਲੱਗਦਾ ਕਿ ਅਸੀਂ ਪੰਜਾਬੀ ਜਿਹੜੀ ਆ ਨਾ ਉਹ ਬਹੁਤ ਜ਼ਿਆਦਾ ਸਾਂਭੀ ਆ। ਤੁਸੀਂ ਦੇਖੋਗੇ ਵਿਸਾਖੀ ਦਾ ਪ੍ਰੋਗਰਾਮ ਆ, ਇਨ ਦੀਸ ਟਾਈਮਸ ਕੋਵਿਡ ਦੇ ਟਾਈਮ ਦੇ ਵਿੱਚ ਵੀ ਸਟਿਲ ਸੈਲੀਬ੍ਰੇਟਿੰਗ, ਹੈ ਨਾ, ਅਤੇ ਹਜੇ ਤਾਂ ਸਿਰਫ ਬਿਕੋਜ਼ ਆਫ ਕੋਵਿਡ ਬਹੁਤ ਘੱਟ ਆ, ਅਸੀਂ ਸਿਰਫ ਫੈਮਿਲੀ ਗੈਟ ਟੂਗੈਦਰ ਕੀਤੀ ਆ, ਅਦਰਵਾਈਜ਼ ਇੱਥੇ ਵੀ ਕੈਨ ਗੈਦਰ ਸੋ ਮੈਨੀ ਪੀਪਲ। ਸੋ ਇੱਥੇ ਆਪਣੀ ਪੰਜਾਬੀ ਜਿਹੜੀ ਆ, ਆਪਣਾ ਸੱਭਿਆਚਾਰ ਆ, ਬਹੁਤ ਸਾਂਭਿਆ ਹੋਇਆ ਵਾ।